3 ਸਾਲ ਦੀ ਬੱਚੀ ਨਾਲ ਕੀਤਾ ਕੁਕਰਮ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਹਾਲ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਆਏ ਦਿਨ ਅਪਰਾਧਿਕ ਵਿਰਤੀ ਦੇ ਗੁੰਡੇ ਅਨਸਰਾਂ, ਮਰਡਰ ਅਤੇ ਬਲਾਤਕਾਰ ਦੇ ਸੰਗੀਨ ਅਪਰਾਧਿਕ ਵਾਰਦਾਤਾਂ ਦੀ ਘਟਨਾਵਾਂ ਨੂੰ ਬਿਨਾਂ ਕੋਈ ਖੌਫ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਹਲਕੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਵਾਸੀ ਮਾਸੂਮ 3 ਸਾਲ ਦੀ ਬੱਚੀ ਦੇ ਨਾਲ 50 ਸਾਲ ਦੇ ਆਦਮੀ ਨੇ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਲਤਾਨਪੁਰ ਲੋਧੀ ਪੁਲਿਸ ਨੇ ਆਰੋਪੀ ਉੱਤੇ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ। ਪ੍ਰਵਾਸੀ ਮਜ਼ਦੂਰ ਸੁਲਤਾਨਪੁਰ ਲੋਧੀ ਵਿੱਚ ਇੱਕ ਕਿਰਾਏ ਦੇ ਕੁਆਟਰ ਵਿੱਚ ਰਹਿ ਰਹੇ ਸਨ। ਬੱਚੀ ਦੇ ਮਾਤਾ ਪਿਤਾ ਬਾਹਰ ਕੰਮ ਕਰਨ ਗਏ ਸਨ। ਬੱਚੀ ਇਕੱਲੀ ਹੀ ਘਰ ਵਿੱਚ ਸੀ ਅਤੇ ਗੁਆਂਢੀ ਨੇ ਵਰਗਲਾ ਕੇ ਬੱਚੀ ਦੇ ਨਾਲ ਰੇਪ ਕੀਤਾ ਅਤੇ ਬੱਚੀ ਦੇ ਰੋਣ ਦੀ ਆਵਾਜ਼ ਨਾਲ ਆਸ ਪਾਸ ਪਤਾ ਚੱਲਾ ਤਾਂ ਤਦ ਤੱਕ ਬੱਚੀ ਦੇ ਨਾਲ ਕੁਕਰਮ ਦੀ ਘਟਨਾ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉੱਤੇ ਰੇਪ ਦਾ ਮਾਮਲਾ ਦਰਜ ਕਰ ਦਿੱਤਾ ਹੈ। ਬੱਚੀ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਕਿਆ ਨਾਮ ਆਪਣਾ? ਨਵੀਨ ਗੋਸਵਾਮੀ। ਸਰ ਜੀ, ਕਿਆ ਹੋਇਆ, ਕਿਆ ਮਾਮਲਾ, ਕਿਆ ਜੀ? ਮਾਮਲਾ 10 ਰੁਪਿਆ ਦਿਆ ਮੇਰੇ ਬੱਚੇ ਕੋ ਕੁਰਕੁਰਾ ਖਾਣੇ ਕੇ ਲਿਏ, ਕੁਰਕੁਰਾ ਖਾਤੇ ਖਾਤੇ ਉਸਕੇ ਘਰ ਮੇ ਗਿਆ, ਹਮ ਆਪਣੇ ਬਗਲ ਵਾਲੇ ਰੂਮ ਮੇ ਸੋ ਗਏ। ਥੋੜ੍ਹਾ ਦੇਰ ਹੁਆ ਤਾਂ ਮੇਰਾ ਬੱਚੇ ਚਿਲਾਇਆ, ਚਿਲਾਇਆ ਆਮ ਗਿਆ ਤਾਂ ਦੇਖਤੇ ਮੇਰਾ ਬੱਚੇ ਨੰਗਾ ਥਾ ਔਰ ਸਰੀਰ ਸੇ ਖੂਨ ਨਿਕਲ ਰਿਹਾ। ਵੋ ਕੌਣ ਹੈ, ਵੋ ਕੌਣ ਆਪਕਾ ਪੜੋਸੀ ਹੈ, ਕੌਣ ਹੈ? ਪੜੋਸੀ ਨੇ 10-12 ਸਾਲ ਸੇ ਵੋ ਮੇਰੇ ਬਗਲ ਮੇ ਰਹਤਾ ਥਾ, ਪੜੋਸੀ ਸਮਝੀਏ, ਬਹੁਤ ਦਿਨ ਸੇ ਰਹਤਾ ਥਾ, 10-12 ਸਾਲ ਸੇ ਆਪਣਾ ਮਿਲ ਕਰਕੇ ਚਲਤਾ ਥਾ, ਕੋਈ ਦਿੱਕਤ ਨਹੀਂ। ਆਜ ਵੋ ਐਸਾ ਘਟਨਾ ਕਰ ਦਿਆ ਮੇਰੇ ਬੱਚੇ ਕੇ ਸਾਥ। ਉਨਕਾ ਨਾਮ ਕਿਆ ਹੈ? ਗਣੇਸ਼। ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਨਾ ਲੋਧੀ ਬਣਾਉਣ 'ਚ ਅਮਰੀਕ ਸਿੰਘ ਸਾਨੂੰ ਪ੍ਰੀਤਮ ਸਿੰਘ ਨੇ ਨਾ ਕੁਆਟਰ ਬਣਾਏ ਹੋਏ ਆ। ਕੁਆਟਰਾਂ ਵਿੱਚ ਪ੍ਰਵਾਸੀ ਬਿਹਾਰ ਦੇ, ਤਾਮਿਲਨਾਡੂ ਵਗੈਰਾ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਆ, ਕਿਰਾਏ 'ਤੇ ਰਹਿੰਦੇ ਆ। ਉੱਥੇ ਇੱਕ ਵਿਕਾਸ ਬਦਨ ਹੋਈ ਦੀ ਲੜਕੀ ਆ, ਬਿਸ਼ਨਵੀ, 3 ਸਾਲ ਦੀ ਉਮਰ ਹੈ, ਉਹ ਘਰ ਸੁੱਤਾ ਪਿਆ ਸੀ। ਉਹਦੀ ਵਾਈਫ ਜਿਹੜੀ ਉਹ ਬਾਲਣ ਵਗੈਰਾ ਚੁਗਣ ਗਈ ਹੋਈ ਸੀਗੀ। ਉਹ ਜਿਹੜਾ ਗੁਆਂਢੀ ਆ ਕੁਆਟਰ ਵਾਲਾ, ਗਣੇਸ਼ ਨਾਂ ਦਾ, ਤਾਮਿਲਨਾਡੂ ਸਟੇਟ ਦਾ ਰਹਿਣ ਵਾਲਾ, ਉਹ ਲੜਕੀ ਨੂੰ ਕੁਰਕਰਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਦੇ ਰੂਮ ਵਿੱਚ ਲੈ ਗਿਆ। ਉੱਥੇ ਲੜਕੀ ਦੀਆਂ ਚੀਕਾਂ ਪੈਂਦੀਆਂ ਆਵਾਜ਼ ਸੁਣ ਕੇ ਨਾਲ ਦੀ ਇੱਕ ਗੁਆਂਢਣ ਆਈ, ਲੇਡੀ ਆਈ, ਉਹ ਦੱਸਿਆ ਵੀ ਤੁਹਾਡੀ ਲੜਕੀ ਨੂੰ ਕਿੱਥੇ ਆ, ਚੀਕਾਂ ਸੁਣ ਕੌਲ ਗਿਆ ਤਾਂ ਲੜਕੀ ਉੱਥੇ ਬਿਲਕੁਲ ਨੰਗੀ ਕਰਕੇ, ਲੜਕੀ ਨਾਲ ਗਲਤ ਰੇਪ ਉਹਨੂੰ ਕੀਤਾ ਜੀ। ਦੋਸ਼ੀ ਗ੍ਰਿਫਤਾਰ ਕਰ ਲਿਆ, ਲੜਕੀ ਦਾ ਬੱਚੀ ਦਾ ਮੈਡੀਕਲ ਚੈੱਕਅਪ ਕਰਵਾ ਲਿਆ ਵਾ, ਹੁਣ ਰੈਫਰ ਕਰਤੀ ਡਾਕਟਰ ਸਾਹਿਬ ਨੇ ਸਿਵਲ ਹੋਸਪਿਟਲ ਕਪੂਰਥਲਾ ਦੀ। ਦੋਸ਼ੀ ਅਰੈਸਟ ਕਰ ਲਿਆ, ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ।